9000 ਤੇ ਸ਼ਹਿਰੋਂ ਡਾਊਨ ਸਾਂ ਤੇ 9 ਰਾਊਂਡ ਲੰਘ ਗਏ ਤੇ ਸੇਖੜੀ ਸਾਹਿਬ ਨੇ ਆਪਣੇ ਘਰ ਟੈਲੀਫੋਨ ਕਰ ਦਿੱਤਾ ਕਿ ਹੁਣ ਅਸਬਾਜੀ ਵੀ ਚਲਾਓ ਤੇ ਲੰਡੂ ਵੀ ਵੱਢੋ। ਮੈਨੂੰ ਆਖਿਆ ਹੁਣ ਤੂੰ ਹਰ ਗਿਆ, ਆਉਂਦਾ ਕਿਤਨਾ ਹੋ ਸਕਦਾ, ਰਾਊਂਡ ਤੇ 9 ਲੱਗ ਗਏ ਨੇ। ਮੈਂ ਕਿਹਾ ਨਹੀਂ, ਹੁਣ ਸਾਡਾ ਜੱਟਾਂ ਵਾਲਾ ਫਿਰੇਗਾ, ਫਿਰਨਾ ਹੁਣ ਬਾਹਰ, ਵਾਰੀ ਸਾਡੀ ਆ ਗਈ। ਘੁੱਗੀ ਤੇ ਪਹਿਲੇ ਹੀ ਰਾਊਂਡ ਵਿੱਚ ਜਦੋਂ ਜਿੱਤਿਆ ਨਾ, ਉਹਦੇ ਭੱਜ ਗਿਆ ਗੱਡੀ ਲਾ ਕੇ ਵੀ ਮੈਂ 12 ਵਜੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਮੀਟਿੰਗ ਕਰਨੀ ਆ। ਉਹਨੂੰ ਤਾਂ ਰੋਪੜ ਜਾ ਕੇ ਪਤਾ ਲੱਗਿਆ ਵੀ ਮੇਰੀ ਤਾਂ ਬਾਜੀ ਪੈ ਗਈ ਆ। ਮੈਂ ਇਸੇ ਕਰਕੇ 5 ਸਾਲ ਤੁਹਾਨੂੰ ਪਿੱਛੇ ਲੈ ਕੇ ਗਿਆ, ਤੁਸੀਂ 10-10 ਕਿਲੋ ਦੇਸੀ ਘਿਓ ਤੇ ਦੁੱਧ ਵੀ ਲੈਂਦੇ ਰਹੇ, ਪਰ ਹੁਣ ਦੁੱਧ ਲਿਆਉਣਾ ਉੱਧਰ ਬਟਾਲੇ ਕਿਉਂ ਬੰਦ ਕੀਤਾ? ਤੁਸੀਂ ਫਤਿਹਗੜ੍ਹ ਚੂੜੀਆਂ ਕਿਉਂ ਆਏ? ਤੁਹਾਡਾ ਫੈਸਲਾ ਸੀ ਜਾਂ ਪਾਰਟੀ ਦਾ ਫੈਸਲਾ ਸੀ? ਦੀ ਨੰਗਲ ਉਹਨਾਂ ਨੂੰ ਜਦੋਂ ਤ੍ਰਿਪਤ ਰਜਿੰਦਰ ਬਾਜਵਾ ਦੇ ਸਾਹਮਣੇ ਲੈ ਕੇ ਦੁਬਾਰਾ ਖੜਾ ਕਰਤਾ, ਤੇ ਵੱਡੀ ਚੁਣੌਤੀ ਨਹੀਂ ਹੋਗੀ ਤੁਹਾਡੇ ਲਈ? ਕੋਈ ਚੁਣੌਤੀ ਨਹੀਂ ਜੀ, ਉਹ 3 ਵਾਰ ਭੱਜ ਗਿਆ, ਕਦੀ ਬਟਾਲੇ ਨੂੰ ਫੇਰ ਉੱਥੋਂ ਆਉਂਦਾ ਦਾਖਲ ਕਰਨੇ, ਕਦੀ ਉੱਥੇ ਕਰਨੇ, ਕਦੀ ਉੱਥੇ ਕਰਨੇ, ਵੇਖ ਨਹੀਂ ਰਹੇ ਜੇ ਚੁਣੌਤੀ। ਤੁਹਾਨੂੰ ਲੱਗਦਾ ਨਹੀਂ ਕਿ ਮੰਤਰੀ ਨੇ, ਏਡੇ ਵੱਡੇ ਮੰਤਰੀ ਬਣ ਗਏ, ਕੈਪਟਨ ਅਮਰਿੰਦਰ ਸਿੰਘ ਨੂੰ ਲਾਹਣ ਦੇ ਵਿੱਚ ਵੀ ਉਹਨਾਂ ਦਾ ਬੜਾ ਵੱਡਾ ਹੱਥ ਰਿਹਾ? ਵੀ ਜਿਸ ਬੰਦੇ ਨੂੰ ਇੱਕ ਨਾ ਹਰਾਇਆ ਹੋਵੇ ਨਾ, ਤੇ ਜਿੱਤਣ ਵਾਲੇ ਨੂੰ ਕੌਨਫੀਡੈਂਸ ਵੀ ਬਹੁਤ ਹੁੰਦਾ। 2017 ਦੇ ਵਿਧਾਨ ਸਭਾ ਚੋਣਾਂ ਦੇ ਵੇਲੇ ਜਦੋਂ 10 ਸਾਲਾਂ ਦੀ ਅਕਾਲੀ ਦਲ ਦੀ ਜ਼ਬਰਦਸਤ ਐਂਟੀ ਇਨਕੰਬੈਂਸੀ ਸੀ, ਉਸ ਵੇਲੇ ਵੀ ਇੱਕ ਸ਼ਖਸ ਨੇ ਬਟਾਲਾ ਦਾ ਵਿਧਾਨ ਸਭਾ ਚੋਣ ਇੱਕ ਸਸਪੈਂਸ ਕਹਿ ਲਓ ਜਾਂ ਇੱਕ ਰੋਮਾਂਚਕ ਨਤੀਜਿਆਂ ਦੇ ਵਜੋਂ ਬਦਲ ਦਿੱਤਾ। ਨਾਮ ਹੈ ਲਖਬੀਰ ਸਿੰਘ ਲੋਧੀ ਨੰਗਲ, ਬਟਾਲਾ ਤੋਂ ਇਸ ਵੇਲੇ ਵਿਧਾਇਕ ਨੇ ਔਰ ਫਤਿਹਗੜ੍ਹ ਚੂੜੀਆਂ ਤੋਂ ਇਸ ਵੇਲੇ ਹੁਣ 2022 ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ। ਮੈਂ ਰੋਮਾਂਚਕ ਇਸ ਲਈ ਕਹਿ ਰਿਹਾ ਕਿਉਂਕਿ ਅਸ਼ਵਨੀ ਸੇਖੜੀ ਉਦੋਂ ਮੌਜੂਦਾ ਵਿਧਾਇਕ ਸੀਗੇ ਕਾਂਗਰਸ ਦੇ, ਗੁਰਪ੍ਰੀਤ ਘੁੱਗੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਬਟਾਲੇ ਤੋਂ ਇਲੈਕਸ਼ਨ ਲੜ ਰਹੇ ਸੀਗੇ। ਲੱਗ ਰਿਹਾ ਸੀਗਾ ਕਿ ਦੋਵਾਂ ਦੇ ਵਿੱਚ ਫਾਈਟ ਹੋਏਗੀ, ਪਰ ਜਦੋਂ ਨਤੀਜਾ ਆਇਆ ਤਾਂ ਲਖਬੀਰ ਸਿੰਘ ਲੋਧੀ ਨੰਗਲ ਵਿਧਾਨ ਸਭਾ ਪਹੁੰਚੇ। ਮੇਰੇ ਨਾਲ ਨੇ ਲੋਧੀ ਨੰਗਲ ਸਾਹਿਬ। ਲੋਧੀ ਨੰਗਲ ਜੀ, ਮੈਂ ਜਿਵੇਂ ਜ਼ਿਕਰ ਕਰ ਰਿਹਾ ਕਿ 2017 'ਚ ਆਪਾਂ ਯਾਦ ਕਰੀਏ ਤਾਂ ਲੱਗਦਾ ਸੀਗਾ ਕਿ ਬਟਾਲਾ ਅਤੇ ਗੁਰਪ੍ਰੀਤ ਘੁੱਗੀ ਜਾਂ ਆਮ ਆਦਮੀ ਪਾਰਟੀ ਦੀ ਉਸ ਵੇਲੇ ਵੇਵ ਜਾਂ ਅਸ਼ਵਨੀ ਸੇਖੜੀ ਮੌਜੂਦਾ ਵਿਧਾਇਕ ਸੀਗੇ, ਪਰ ਲੋਧੀ ਨੰਗਲ ਹੁਣੀ ਵਿਧਾਨ ਸਭਾ ਪਹੁੰਚੇ ਸੀਗੇ। ਮੈਂ ਪਹਿਲੇ 5 ਸਾਲ ਪਿੱਛੇ ਲਿਜਾਣਾ ਚਾਹੁੰਦਾ ਕਿ ਉਹ ਨਤੀਜੇ ਤੁਸੀਂ ਕਿਵੇਂ, ਐਡਾ ਵੱਡਾ ਫੇਰ ਬਦਲ ਜਾਂ ਇਹ ਨਤੀਜੇ ਰੋਮਾਂਚਕ ਕਿਵੇਂ ਕਰਤੇ ਸੀ? ਦੂਰ ਬੈਠੇ ਲੋਕ ਇਸ ਤਰ੍ਹਾਂ ਸੋਚਦੇ ਸੀ, ਜਿਹੜਾ ਬੰਦਾ ਗਰਾਊਂਡ 'ਤੇ ਕੰਮ ਕਰ ਰਿਹਾ ਉਹਨਾਂ ਨੂੰ ਰਿਐਲਿਟੀ ਦਾ ਜ਼ਿਆਦਾ ਪਤਾ ਹੁੰਦਾ। ਮੈਂ 12 ਦੇ ਵਿੱਚ 17 ਦੇ ਰਹਿੰਦੇ ਸੀ ਜਦੋਂ ਨੂੰ ਪਾਰਟੀ ਨੇ ਟਿਕਟ ਦਿੱਤੀ, ਬੀਜੇਪੀ ਦੀ ਸੀਟ ਚੇਂਜ ਕੀਤੀ ਸੀ, ਬੀਜੇਪੀ ਨੂੰ ਬਹੁਤ ਵੱਡੀ ਕੜੱਤਨ ਸੀ ਔਰ ਮੈਂ ਪਾਰਟੀ ਦੇ ਹੁਕਮ ਕਰਕੇ ਇੱਥੇ ਆਇਆ, ਇਲੈਕਸ਼ਨ ਲੜੀ ਪਰ ਉਹ ਇਲੈਕਸ਼ਨ ਜਿੱਤ ਨਾ ਸਕੇ। ਪਰ ਮੈਂ ਚੈਲੇਂਜ ਸਮਝ ਕੇ ਬਟਾਲੇ ਵਿੱਚ ਬਹੁਤ ਵੱਡਾ ਦਫ਼ਤਰ ਬਣਾ ਕੇ ਬੈਠਾ, ਮੈਂ ਪੂਰਾ 5 ਸਾਲ ਕੰਮ ਕੀਤਾ, ਸਰਕਾਰ ਸਾਡੀ ਬਣ ਗਈ, ਮੈਂ ਅਜੇ ਹਲਕਾ ਇੰਚਾਰਜ ਉੱਥੇ ਲੋਕਾਂ ਦੀ ਸੇਵਾ ਕੀਤੀ ਔਰ ਮੈਂ ਦ੍ਰਿੜ ਸਾਂ। ਔਰ 12 ਤੋਂ ਬਾਅਦ 14 'ਚ ਵਿਨੋਦ ਖੰਨੇ ਦੀ ਪਾਰਲੀਮੈਂਟ ਦੀ ਇਲੈਕਸ਼ਨ ਆਈ ਔਰ ਜਿਸ ਵੇਲੇ ਪਾਰਲੀਮੈਂਟ ਦੀ ਇਲੈਕਸ਼ਨ ਆਈ ਤਾਂ ਨੈਚੁਰਲੀ ਉਹਨਾਂ ਦੇ ਮਨ 'ਚ ਸੀ ਵੀ ਇਲੈਕਸ਼ਨ ਜਿਹੜੀ ਆ ਇੱਥੋਂ ਪਾਰਲੀਮੈਂਟ ਦਾ ਇਹ ਹਲਕਾ ਹਾਰੂਗਾ। ਮੈਂ ਸਟੇਜ 'ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਜੇ ਖੰਨੇ ਨੂੰ ਮੈਂ ਬਟਾਲਿਓ ਨਾ ਜਿਤਾਇਆ ਮੈਂ ਟਿਕਟ ਨਹੀਂ ਮੰਗਾਂਗਾ। ਬੜਾ ਵੱਡਾ ਚੈਲੇਂਜ ਸੀ ਔਰ ਉਹਨਾਂ ਨੇ ਵੀ ਕਿਹਾ ਕਿ ਬਹੁਤ ਵੱਡੀ ਤੂੰ ਗੱਲ ਕੀਤੀ ਹੈ। ਜਿਹੜੇ ਬੀਜੇਪੀ ਵਾਲੇ ਸੀ ਉਹ ਕਹਿੰਦੇ ਸੀ ਅਸੀਂ 14,000 ਤੇ ਹਰਾਂਗੇ ਅਤੇ ਇੰਟੈਲੀਜੈਂਸੀ ਸਰਕਾਰ ਦੀ ਆਉਂਦੀ ਸੀ 16,000 ਤੇ ਹਰਾਂਗੇ, 18,644 ਵੋਟਾਂ 'ਤੇ ਮੈਂ ਹਰਿਆ ਸਾਂ। ਮੈਂ 7208 ਵੋਟਾਂ ਦੇ ਉੱਤੇ ਜਿੱਤੀ, 300 ਵੋਟਾਂ ਸਿਰਫ ਸ਼ਹਿਰ ਤੋਂ ਘੱਟ ਸੀ, 6,600 ਵੋਟਾਂ 'ਤੇ ਮੈਂ ਜਿਹੜੀ ਸੀਟ ਹੈ ਜਿੱਤ ਦਿੱਤੀ, ਤੁਸੀਂ ਉਹਨਾਂ ਦੇ ਖਾਤੇ 'ਚ ਪਾਇਆ ਬਿਲਕੁਲ। ਸੋ ਮੈਨੂੰ ਕੌਨਫੀਡੈਂਸ ਸੀ ਕਿ ਅਜੇ ਮੈਂ ਕੰਮ ਕਰਨਾ ਆ, ਅਜੇ 12 ਤੇ 2-14 ਹੋਏ ਨੇ, 3-17 ਅਜੇ ਰਹਿੰਦੇ ਨੇ। ਮੈਂ ਫਿਰ ਬਹੁਤ ਮਿਹਨਤ ਕੀਤੀ, ਬਾਦ ਸਾਹਿਬ ਨੇ ਮੈਨੂੰ ਪੈਸੇ ਦਿੱਤੇ, ਨੋ ਡਾਊਟ ਕਿ ਸ਼ਹਿਰ ਦੀ ਡਿਵੈਲਪਮੈਂਟ ਮੇਰੇ ਵੱਸ ਨਹੀਂ ਸੀ। ਮੈਂ ਕਮੇਟੀ ਦੀ ਚੋਣ ਆਈ, 35 ਵਾਰਡਾਂ ਸੀ, ਮੈਂ 18 ਵਾਰਡਾਂ 'ਤੇ ਕਬਜ਼ਾ ਕਰ ਗਿਆ, ਪਰ ਬੀਜੇਪੀ ਅਤੇ ਕਾਂਗਰਸ ਨੇ ਰਲ ਕੇ ਉਹ ਕਮੇਟੀ। ਉਦੋਂ ਵੀ ਦੂਰੀਆਂ ਸੀਗੀਆਂ ਲੋਧੀ ਨੰਗਲ ਹੁਣਾਂ ਔਰ ਬੀਜੇਪੀ ਦੇ ਵਿਚਕਾਰ, ਕਿਉਂਕਿ ਫਾਰਮਲੀ ਤਾਂ ਅਲਾਇੰਸ ਹੁਣ ਟੁੱਟਿਆ। ਨੋ, ਉਦੋਂ ਵੀ ਦੂਰੀਆਂ ਸੀ, ਉਹ ਚਾਹੁੰਦੇ ਸੀ ਵੀ ਇੱਥੇ 4-5 ਅਕਾਲੀ ਜਿਹੜੇ ਨੇ ਕੌਂਸਲਰ ਲੜਨ। ਮੈਂ ਇਸ ਗੱਲ 'ਤੇ ਸਟੈਂਡ ਲੈ ਲਿਆ ਵੀ 4-5 ਅਸੀਂ ਉਦੋਂ ਲੜਨੇ ਹਾਂ ਜਦੋਂ ਬੀਜੇਪੀ ਦੀ ਸੀਟ ਸੀ, ਹੁਣ ਸੀਟ ਅਕਾਲੀ ਦਲ ਦੀ ਆ, ਹੁਣ 4-5 ਬੀਜੇਪੀ ਦੇ ਲੜਨਗੇ, ਬਾਕੀ ਅਸੀਂ ਲੜਾਂਗੇ। ਕਿਉਂਕਿ ਜਦੋਂ ਮੈਂ 12 'ਚ ਲੜਿਆ ਆ, 110 ਬੂਥ ਸੀ ਸ਼ਹਿਰ ਦੇ, ਸਾਰੇ ਬਸਤੇ ਦਿੱਤੇ ਬੀਜੇਪੀ ਵਾਲੇ, ਉੱਪਰੋਂ ਫਾਰਮੈਲਿਟੀ ਸੇਖ ਜਿਹੜੇ ਮੇਰੇ ਨਾਲ ਤੁਰੇ ਫਿਰਦੇ ਰਹੇ, ਕੁਛ ਇੱਕ ਸੰਸੀਅਰ ਬੰਦੇ ਸੀ ਜਿਨ੍ਹਾਂ ਮੇਰੀ ਮਦਦ ਕੀਤੀ, ਬਾਕੀ ਬਸਤੇ 110 ਬੂਥਾਂ 'ਚੋਂ 82 ਬੂਥਾਂ 'ਤੇ ਬੰਦਾ ਹੀ ਕੋਈ ਨਹੀਂ ਉਹਨਾਂ ਪਾਇਆ।
ਮੈਂ ਫਿਰ ਫੈਸਲਾ ਕਰ ਲਿਆ ਵੀ ਜੇ ਇੱਥੇ ਰਹਿਣਾ ਤਾਂ ਇਲੈਕਸ਼ਨ ਲੜਨੀ ਆ। ਰਣਗੀ ਤਾਂ ਹੀ ਹੁੰਦੀ ਹੈ ਕਿ ਸ਼ਹਿਰੀ ਵੋਟਰ ਸੀਗਾ, ਬਟਾਲਾ ਸੀਟ ਤਾਂ ਸ਼ਹਿਰੀ ਮੰਨੀ ਜਾਂਦੀ ਔਰ ਬੀਜੇਪੀ ਦਾ ਵੀ ਆਪਣਾ ਵੋਟ ਬੈਂਕ ਉੱਥੇ ਹੋਊਗਾ, ਤਾਂ ਵੀ ਲੋਧੀ ਨੰਗਲ ਸਾਹਿਬ ਪਹੁੰਚ ਜਾਂਦੇ ਨੇ। ਉਹ ਫਿਰ ਗੱਲ ਇਹ ਆ ਨਾ ਜੀ ਵੀ ਮੇਰਾ ਆਪਣਾ ਪਰਿਵਾਰਕ ਸਾਡਾ ਸਟਾਈਲ ਲਾ ਲਓ, ਸਾਡਾ ਸੁਭਾਅ ਲਾ ਲਓ, ਅਸੀਂ ਫਿਰ ਸਵੇਰ ਤੋਂ ਉੱਥੇ ਬਹਿ ਜਾਂਦੇ ਹਾਂ 9 ਵਜੇ ਤੋਂ 11-11 ਵਜੇ ਤੱਕ ਵੀ ਦੁਕਾਨਦਾਰਾਂ ਦੀਆਂ ਗੱਲਾਂ ਸੁਣਦੇ ਰਹਿੰਦੇ ਹਾਂ, ਦੁੱਧ 10 ਕਿਲੋ ਦੇਸੀ ਘਰੋਂ ਲੈ ਜਾਂਦੇ ਹਾਂ, ਚਾਹ ਬਣਾ ਕੇ ਪਿਆਈ ਜਾਂਦੇ ਸਾਂ। ਉਹ ਫਿਰ ਮਿਲਵਰਤਨ ਵੱਧਦਾ ਵੱਧਦਾ ਵੱਧ ਗਿਆ ਅਤੇ ਜਿਹੜੀ ਅਸੀਂ ਵੱਡੀ ਲੀਡ ਬਟਾਲੇ 'ਚੋਂ ਡਾਊਨ ਹੋਏ ਸਾਂ, ਉਹ ਅਸੀਂ ਫਿਰ 17 ਵਿੱਚ 9.5 ਹਜ਼ਾਰ ਵੋਟ ਡਾਊਨ ਹੋਏ ਅਤੇ ਸਾਡਾ ਟਾਰਗੇਟ ਸੀ ਕਿ ਅਸੀਂ ਬਟਾਲੇ 'ਚੋਂ 20 ਹਜ਼ਾਰ ਵੋਟ ਲੈਣੀ ਆ ਅਤੇ ਅਸੀਂ 19,986 ਵੋਟਾਂ 9 ਰਾਊਂਡ ਸ਼ਹਿਰ ਦੇ ਸੀ ਅਤੇ ਪਿੰਡਾਂ ਦੇ 4 ਵੀ ਪੂਰੇ ਨਹੀਂ ਸੀ ਅਤੇ ਜਦੋਂ 9.5 ਹਜ਼ਾਰ 'ਤੇ ਸ਼ਹਿਰੋਂ ਡਾਊਨ ਸਾਂ ਅਤੇ 9 ਰਾਊਂਡ ਲੰਘ ਗਏ ਅਤੇ ਸੇਖੜੀ ਸਾਹਿਬ ਨੇ ਆਪਣੇ ਘਰ ਟੈਲੀਫੋਨ ਕਰ ਦਿੱਤਾ ਕਿ ਹੁਣ ਅਸਬਾਜੀ ਵੀ ਚਲਾਓ ਅਤੇ ਲੰਡੂ ਵੀ ਵੱਢੋ ਅਤੇ ਮੈਨੂੰ ਆਖਿਆ ਹੁਣ ਤੂੰ ਹਾਰ ਗਿਆ ਆਉਂਦਾ ਕਿਤਨਾ ਹੋ ਸਕਦਾ ਰਾਊਂਡ 'ਤੇ 9 ਲੱਗ ਗਏ ਨੇ ਮੈਂ ਕਿਹਾ ਨਹੀਂ ਹੁਣ ਸਾਡਾ ਜੱਟਾਂ ਵਾਲਾ ਫਿਰਗਾ ਫਿਰਨਾ ਹੁਣ ਬਾਹਰ ਵਾਰੀ ਸਾਡੀ ਆ ਗਈ ਆ ਅਤੇ ਪਿੰਡਾਂ ਪਿੰਡਾਂ ਦੀ ਪੇਟੀ ਖੁੱਲੀ ਘੁੱਗੀ ਤਾਂ ਪਹਿਲੇ ਹੀ ਰਾਊਂਡ ਵਿੱਚ ਜਦੋਂ ਜਿੱਤਿਆ ਨਾ ਉਹ ਤਾਂ ਭੱਜ ਗਿਆ ਗੱਡੀ ਲਾ ਕੇ ਵੀ ਮੈਂ 12 ਵਜੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਮੀਟਿੰਗ ਕਰਨੀ ਆ ਉਹਨੂੰ ਤਾਂ ਰੋਪੜ ਜਾ ਕੇ ਪਤਾ ਲੱਗਿਆ ਵੀ ਮੇਰੀ ਤਾਂ ਬਾਜੀ ਪੈ ਗਈ ਆ ਘੁੱਗੀ ਕਹਿੰਦਾ ਸੀ ਮੈਂ ਮੁੱਖ ਮੰਤਰੀ ਬਣਨਾ ਅਤੇ ਸੇਖੜੀ ਸਾਹਿਬ ਕਹਿੰਦੇ ਮੈਂ ਡਿਪਟੀ ਮੁੱਖ ਮੰਤਰੀ ਬਣਨਾ ਮੈਂ ਕਿਹਾ ਭਰਾਓ ਮੈਂ ਤਾਂ ਇਕੱਲਾ MLA ਬਣਨਾ ਸੇਵਾ ਦਾ ਭਾਵ ਮੈਂ ਲੈਣਾ ਅਤੇ ਪੂਰਨ ਭਰੋਸਾ ਸੀ ਕਿ ਮੈਂ ਜਿੱਤਣਾ ਆ ਬੈਠੇ ਰਿਟਰਨਿੰਗ ਅਫਸਰ ਵੀ ਸੋਚਦੇ ਸੀ ਕਿ ਬੰਦੇ ਦੇ ਚਿਹਰੇ 'ਤੇ ਲਾਲੀ ਅਤੇ ਖੁਸ਼ੀ ਆ ਅਤੇ 9.5 ਹਜ਼ਾਰ 'ਤੇ ਡਾਊਨ ਆ ਅਤੇ ਫਿਰ ਜਦੋਂ ਪਲਟਾ ਮਾਰਿਆ 10ਵੇਂ ਰਾਊਂਡ ਨੇ 3-3 3200 ਵੋਟ ਡਾਊਨ ਸੁੱਟੀ ਭੜਕਾ ਕੇ ਉਹ ਮਾਰਿਆ ਮੈਂ ਇਸੇ ਕਰਕੇ 5 ਸਾਲ ਤੁਹਾਨੂੰ ਪਿੱਛੇ ਲੈ ਕੇ ਗਿਆ ਤੁਸੀਂ 10-10 ਕਿਲੋ ਦੇਸੀ ਘਿਓ ਅਤੇ ਦੁੱਧ ਵੀ ਲਿਆਉਂਦੇ ਰਹੇ ਪਰ ਹੁਣ ਦੁੱਧ ਲਿਜਾਣਾ ਉੱਧਰ ਬਟਾਲੇ ਕਿਉਂ ਬੰਦ ਕੀਤਾ ਤੁਸੀਂ ਫਤਿਹਗੜ੍ਹ ਚੂੜੀਆਂ ਕਿਉਂ ਆਏ ਤੁਹਾਡਾ ਫੈਸਲਾ ਸੀ ਜਾਂ ਪਾਰਟੀ ਦਾ ਫੈਸਲਾ ਸੀ ਕਿਉਂਕਿ ਇਹ ਬੜਾ ਵੱਡਾ ਸਸਪੈਂਸ ਹੈ ਜਿਸ ਸ਼ਖਸ ਨੇ ਉਸ ਵੇਲੇ ਪਾਰਟੀ ਦੀ ਝੋਲੀ 'ਚ ਸੀਟ ਪਾਈ ਜਦੋਂ ਜ਼ਬਰਦਸਤ ਐਂਟੀ ਇਨਕੰਬੈਂਸੀ ਸੀਗੀ ਵੱਡੇ ਵੱਡੇ ਆਰੋਪ ਲੱਗਦੇ ਸੀ ਫਿਰ ਉਸੇ ਸ਼ਖਸ ਦੀ ਸੀਟ ਬਦਲ ਕੇ ਇਹ ਨਾਲ ਦੇ ਹਲਕੇ 'ਚ ਕਿਉਂ ਭੇਜਿਆ ਗਿਆ ਉਹਦੇ 'ਚ ਕਾਰਨ ਸਿਰਫ ਇਹ ਸੀ ਕਿ ਮੇਰੀ ਹੋਮ ਕਾਂਸਟੀਚੁਐਂਸੀ 'ਚੋਂ ਫਤਿਹਗੜ੍ਹ ਚੂੜੀਆਂ ਸੀ ਜਦੋਂ 12 'ਚ ਡੀਲਿਮੀਟੇਸ਼ਨ ਹੋਈ ਹੈ ਨਾ ਉਦੋਂ ਡੀਲਿਮੀਟੇਸ਼ਨ 'ਚ ਇਹ ਹਲਕਾ ਪਹਿਲੋਂ ਸੀ ਕਾਦੀਆਂ ਆਹ ਪਿੰਡ ਜਿਹੜਾ ਉਦੋਂ ਬਟਾਲੇ 'ਚ ਸੀ ਇਸ ਤੋਂ ਅੱਗੇ ਚਲ ਜਾਓ ਤਾਂ ਕਾਦੀਆਂ ਹਲਕਾ ਸ਼ੁਰੂ ਹੁੰਦਾ ਮੇਰਾ ਪਿੰਡ ਵੀ ਕਾਦੀਆਂ 'ਚ ਸੀ ਫਤਿਹਗੜ੍ਹ ਦੀਆਂ ਕੰਧਾਂ ਤੱਕ ਕਾਦੀਆਂ ਹਲਕਾ ਸੀ ਉਹ ਡੀਲਿਮੀਟੇਸ਼ਨ ਦੇ ਵਿੱਚ ਜਿਹੜਾ ਪੁਰਾਣਾ ਫਤਿਹਗੜ੍ਹ ਚੂੜੀਆਂ ਸੀ ਉਹਦੇ 'ਚੋਂ ਇਕੱਲੇ 29 ਬੂਥ ਹੀ ਆਏ ਨਵੇਂ ਫਤਿਹਗੜ੍ਹ ਚੂੜੀਆਂ 'ਚ ਅਤੇ ਬਾਕੀ ਜਿਹੜਾ ਸੀ ਮੋਰ ਦੈਨ 60% ਹਲਕਾ ਕਾਦੀਆਂ ਚਲੇ ਗਿਆ ਅਤੇ ਬਾਕੀ ਆ ਜਿਹੜੇ 38 ਪਿੰਡ ਸੀ ਬਟਾਲੇ ਹਲਕੇ 'ਚ ਉਹਦੇ 'ਚ ਚਲੇ ਗਏ ਉਹਦੇ ਕਰਕੇ ਉਦੋਂ ਬਾਦਲ ਸਾਹਿਬ ਹੋਣਾ ਨੇ ਉਹਨਾਂ ਦਾ ਆਖਾ ਮੰਨ ਲਿਆ ਅਤੇ ਉਹਨਾਂ ਨੂੰ ਇਹ ਫਤਿਹਗੜ੍ਹ ਚੂੜੀਆਂ ਕਾਲੂ ਸਾਹਿਬ ਨੂੰ ਦੇਤਾ ਅਤੇ ਲਗਾਹ ਸਾਹਿਬ ਜਿਹੜੇ ਨੇ ਉਹ ਚਲੇ ਗਏ ਡੇਰਾ ਬਾਬਾ ਨਾਨਕ ਪਰ ਉਹ 12 ਤੋਂ ਲੈ ਕੇ ਕਦੀ ਜਿੱਤੇ ਨਹੀਂ 12 'ਚ ਵੀ ਹਾਰ ਗਏ ਪਾਰਲੀਮੈਂਟਾਂ ਆਈਆਂ ਉਹਦੇ 'ਚ ਵੀ ਹਾਰ ਗਏ ਮੁੜ ਕੇ 17 'ਚ ਫਿਰ ਹਾਰ ਗਏ ਮੈਨੂੰ ਕੋਈ ਫਰਕ ਨਹੀਂ ਸੀ ਮੈਂ ਤਾਂ ਬਟਾਲਿਓ ਜਿੱਤ ਗਿਆ ਸਾਂ ਉਸ ਤੋਂ ਪਿੱਛੋਂ ਮੈਂ ਕੰਮ ਵੀ ਕੀਤਾ ਮੇਰਾ ਲੋਕਾਂ ਨਾਲ ਹੋਰ ਵੀ ਪਿਆਰ ਸੀ ਲੋਕਾਂ 'ਚ ਚਾਹੁੰਦੇ ਵੀ ਸੀ ਵੀ ਹੁਣ ਲੋਧੀ ਨੰਗਲੀ ਸਾਡੇ ਕੋਲ ਰਹੇ ਪਰ ਕਿਉਂਕਿ ਪਾਰਟੀ ਨੇ ਸੋਚਿਆ ਕਿ ਇਹ ਸੀਟ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ 7 ਵਿੱਚ ਵੀ ਲੋਧੀ ਨੰਗਲ ਇੱਥੋਂ ਹਰਾਇਆ ਸੀ ਜਿਹਦੇ ਵਿੱਚ ਮੈਜੋਰਿਟੀ ਆਫ ਪਾਪੂਲੇਸ਼ਨ ਜਿਹੜੀ ਆ ਕਾਦੀਆਂ ਹਲਕੇ ਦੀ ਆ ਅਤੇ ਇਹ ਹੀ ਇੱਥੇ ਜਿੱਤ ਸਕਦਾ ਅਤੇ ਕਾਹਲੋਂ ਹੋਣਾ ਨੇ ਸੁੱਖੀ ਹੋਣਾ ਨੂੰ 2 ਵਾਰਾਂ ਹਰਾਇਆ ਸੀ 2 ਵਾਰਾਂ ਜਿੱਤੇ 2 ਵਾਰਾਂ ਹਰੇ ਉਹ ਡੇਰੇ ਹਲਕੇ ਦੇ ਵਿੱਚ 65% ਪਿੰਡ ਡੇਰੇ ਪੁਰਾਣੇ ਦੇ ਵਿੱਚ ਜਿਹੜਾ ਫਤਿਹਗੜ੍ਹ ਚੂੜੀਆਂ ਦੇ ਪੁਰਾਣੇ ਦੇ ਸੀ ਉਹਨਾਂ ਫਿਰ ਉਹ ਆਪਣੇ ਸਰਵਿਆਂ ਦੇ ਮੁਤਾਬਕ ਪਾਰਟੀ ਨੇ ਹੁਕਮ ਕੀਤਾ ਸੀ ਪਾਰਟੀ ਦੇ ਛਪਾਈਆਂ ਸਾਨੂੰ ਉੱਥੇ ਘਲਾਤਾ ਉਹਨਾਂ ਨੂੰ ਉੱਥੇ ਕੈਲਕੂਲੇਸ਼ਨ ਦੇ ਆਧਾਰ ਤੇ ਜਿਹੜੀ ਹੈ ਰਵੀਕਰਨ ਕਾਲੂ ਹੋਣਾ ਨੂੰ ਜਾਂ ਲੋਧੀ ਲੰਗਲ ਹੋਣਾ ਨੂੰ ਇੱਥੇ ਲਿਆਂਦਾ ਗਿਆ ਪਰ ਜਿਸ ਤਰ੍ਹਾਂ ਤੁਸੀਂ ਮੈਂ ਫਿਰ ਗੱਲ ਹੀ ਕਰ ਰਿਹਾ ਤੁਸੀਂ ਕਿਹਾ ਕਿ ਮੈਂ ਦਫ਼ਤਰ ਵੀ ਖੋਲਿਆ ਦੁੱਧ ਵੀ ਪਿਲਾਉਂਦੇ ਰਹੇ ਕਿਉਂਕਿ ਲੋਕਾਂ ਨਾਲ ਵਿਚਰਦੇ ਰਹੇ MLA ਵੀ ਸੀਗੇ ਹੁਣ ਤਾਂ ਜੋ ਬਟਾਲੇ ਹਲਕੇ ਦਾ ਸਿਨੈਰੀਓ ਬਣਿਆ ਪਿਆ ਨਜ਼ਰ ਸਾਰਿਆਂ ਨੂੰ ਹੀ ਆ ਰਿਹਾ ਕੀ ਹੋਇਆ ਪਿਆ ਇਸ ਵੇਲੇ ਪਰ ਲੋਧੀ ਲੰਗਲ ਹੋਣਾ ਨੂੰ ਜਦੋਂ ਤ੍ਰਿਪਤ ਰਜਿੰਦਰ ਬਾਜਵਾ ਦੇ ਸਾਹਮਣੇ ਲਿਆ ਕੇ ਦੁਬਾਰਾ ਖੜਾ ਕਰਤਾ ਤੇ ਵੱਡੀ ਚੁਣੌਤੀ ਨਹੀਂ ਹੋਗੀ ਤੁਹਾਡੇ ਲਈ ਹੁਣ ਕੋਈ ਚੁਣੌਤੀ ਨਹੀਂ ਜੀ ਉਹ 3 ਵਾਰਾਂ ਭੱਜ ਗਿਆ ਕਦੀ ਬਟਾਲੇ ਨੂੰ ਫੇਰ ਉੱਥੋਂ ਆਉਂਦਾ ਦਾਖਲ ਕਰਨੇ ਕਦੀ ਉੱਥੇ ਕਰਨੇ ਕਦੀ ਉੱਥੇ ਕਰਨੇ ਵੇਖ ਨਹੀਂ ਰਹੇ ਜੇ ਚੁਣੌਤੀ ਇੱਕ ਜਿਹੜੇ ਪਿੰਡ 5-5, 7-7, 100-8-8 ਵੋਟ ਦੇ ਪਿੰਡ ਨੇ ਉੱਥੇ ਲੋਕ ਇਕੱਠੇ ਹੋ ਰਹੇ ਨੇ ਮੈਂ ਇਹਨਾਂ ਨੂੰ ਡਰਦਾ ਯਾਰ ਇਲੈਕਸ਼ਨ ਕਮਿਸ਼ਨ ਤੋਂ ਬਚਾਓ ਕਿ ਐਵੇਂ ਸਾਨੂੰ ਰਸਾ ਪਾਈ ਫਿਰਦੇ ਨੇ ਅਸੀਂ ਤਾਂ ਤੁਹਾਡੇ ਸਾਹਮਣੇ ਸਾਈਡ 'ਤੇ ਬਹਿ ਕੇ ਜਿਸ ਤਰ੍ਹਾਂ ਉਹ ਡਾਇਰੈਕਸ਼ਨ ਦਿੰਦੇ ਨੇ ਉਸ ਤਰੀਕੇ ਦੇ ਨਾਲ ਹੀ ਛੋਟੇ ਛੋਟੇ ਜਲਸੇ ਕਰਦੇ ਹਾਂ ਔਰ ਤੁਸੀਂ ਯਕੀਨ ਕਰੋ ਡੇਲੀ 300-400 ਬੰਦਾ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋ ਰਿਹਾ ਨਹੀਂ ਤੁਹਾਨੂੰ ਲੱਗਦਾ ਨਹੀਂ ਕਿ ਮੰਤਰੀ ਨੇ ਏਡੇ ਵੱਡੇ ਮੰਤਰੀ ਬਣ ਗਏ ਕੈਪਟਨ ਅਮਰਿੰਦਰ ਸਿੰਘ ਨੂੰ ਲਾਹਣ ਦੇ ਵਿੱਚ ਵੀ ਉਹਨਾਂ ਦਾ ਬੜਾ ਵੱਡਾ ਹੱਥ ਰਿਹਾ ਕੱਦ ਵੱਡਾ ਹੋ ਗਿਆ ਤੇ ਤੁਹਾਨੂੰ ਲੱਗਦਾ ਨਹੀਂ ਕਿ ਲੋਧੀ ਨੰਗਲ ਇੰਨੀ ਮੁਕਾਬਲਾ ਕਰ ਸਕਣਗੇ ਨਹੀਂ ਨਹੀਂ ਉਹ ਗੱਲ ਇਹ ਹੁੰਦੀ ਆ ਤੁਹਾਨੂੰ ਇਹ ਪਤਾ ਆ ਵੀ ਜਿਸ ਬੰਦੇ ਨੂੰ ਇੱਕ ਨਾ ਹਰਾਇਆ ਹੋਵੇ ਨਾ ਤੇ ਜਿੱਤਣ ਵਾਲੇ ਨੂੰ ਕੌਨਫੀਡੈਂਸ ਵੀ ਬਹੁਤ ਹੁੰਦਾ ਤੁਸੀਂ ਵੇਖਦੇ ਜੇ ਕ੍ਰਿਕਟ ਦੀਆਂ ਟੀਮਾਂ ਦੂਜੀਆਂ ਟੀਮਾਂ ਜਦੋਂ ਇੱਕ ਨਾ ਦੂਜੇ ਨੂੰ ਹਰਾਇਆ ਹੁੰਦਾ ਤੇ ਫਿਰ ਆ ਜਾਂਦੇ ਨਾ ਸੀ ਕੈਂਪ ਦੇ ਵਿੱਚ ਬੀ ਕੈਂਪ ਦੇ ਵਿੱਚ
तो उन्होंने मन च वहम ही होंदा ते नाले दूजे नंबर ते जिन्ना वड्डा पोलीटिकल बंदा ना आलमोस्ट उन्नी वड्डी एंटी इनकंपेंसी उहदे खिलाफ आ क्योंकि उन्होंने उत्ते एलीगेशन बहुत ज़्यादा ने। सो मैं इन्हां गल्लां च बहुता नहीं जाना चाहुंदा क्योंकि मेरा प्रैक्टिकल लोगों के नाल वाह आ निक्के होंदिया तो जदों मैनूं दाड़ी नहीं सी आई मैं उदों दा इस एरिए च फिरदा और लोगों नाल जाति तौर पर मेरी अटैचमेंट आ लोग मैनूं प्यार करते ने और यह भी समझते भी ये बंदा बेदाग है ये कोई एलीगेशन नहीं लोग आप ही उमड़ मुड़ के चाहते हैं यार इस बंद वोटा पाइए जो औखे वे भी ना खिलोता। मैं बड़ी थोड़ी स्पीच सुन रहे बड़ी स्पष्टी गल करते हो कि हाँ भी हम कांग्रेस ने कांग्रेस दोटा भी टुटनिया ने कैप्टन अमरिंदर सिंह ने बंदे खड़े करते बीजेपी ने भी कांग्रेस ने वोटा खड़ी करनी तो अकाली दल अपने सेफ फील कर रहा है लोधी लंगल हुई सेफ फील कर रहे नहीं ये एक रिजनैलिटी है जी मैं तुम दसी ये भी तुम भी मनते हो गए भी जे कांग्रेस के दो कैंडीडेट खलो जाएंगे तो कांग्रेस दोटा वंडिया जानिया बीजेपी का तो नुकसान तो हो सकता नो बीजेपी का सानू नुकसान कौन नहीं गा बीजेपी सानू अगे कभी वोट पाँदी नहीं सी मैं तो जो सा गोवा मीटिंग हुई सी आल एम एल एज की बादल साहब मैं तो उत्थे कहा इन्हों तो जान छड़ा लो इन्हों करके सानू साई वीर नहीं सी पेंदे क्योंकि उन्होंने जो एजेंडा आदि करके सानू ईसाई नहीं सी पेंदे अज साडे इस हल्के सब तो ज्यादा ईसाई वोट आ डेरा बाबा नानक ईसाई है गुरदासपुर ईसाई है बादल साहब ने वड्डा दिन मनाना शुरू किया गुरदासपुर जदों का प्रभु का शुरू किया ना वड्डा दिन बादल साहब ने शुरू किया इतने मसीह भवन बनाने शुरू किए हूँ इस वे सानू बसपा ते मसीह बरादरी मेरा ख्याल है भी साढ़े वर्करा नालों भी अगे हो के जोर ला रही मैं लगता जो नौ मास के रिश्ते की गल होंगी है वो जी ओदे विच कड़वाहट जी आई है वो शुरुआत लोधी लंगल होना तो नहीं आई बड़े देर दी तुसी कह रहे कि मैं बटाला वेले भी मैं तो बारह तो वखरा था जी क्योंकि बारह ती उन्होंने मेरी मुखालफत कर दी मैनू कहा साडी सीट खुस गई मैं कहा मैं तो खोई नहीं गई मैनू तो मेरी सीट दे दो तुम अपनी सीट ले लो ये वड्डिया पार्टियां का तलके वे लीडर का मेरा तो कोई कसूर है नहीं सी पर उसकी सजा जरूर मैनू मिली पर मैं आख्या मैं हुण डिगण वाला नहीं गा मैं तुहानू ठोके जाऊंगा जो मर्जी होता सत्रह साल कोई नहीं जितया फिर उत्थे जट ने झंडा बुलंद कर दिता था इत्थे लोधी लंगल साहब ये भी बड़ी चर्चा चलती है लोग चर्चा कर देंगे जब आप जो लोगों ने मिल के आने तो कोई कह देना कहता लोधी लंगल साहब और तृप्त रजिंद्र बाजवा उन्होंने सैटिंग हो गई आपस में वो बटाला आना चाहते थे तो लोधी लंगल साहब आराम नाल सीट कढ लेंगे कोई सैटिंग शूटिंग हुई इदां दी गल है कि यह होंगी जो विरोधी उन्हों किस्म साजिशा होंगे ने तृप्त रजिंद्र सिंह बाजवा के खिलाफ भी मैं चोन लड़ी और उन्होंने भी मेरे खिलाफ चोन लड़ी मेरे पिंड की सरपंची का उन्होंने एडमिनिस्ट्रेटर लाया मेरे पिंड च 60 लाख रुपया पा के तो वह खा गए ने कढ़ा के वो करिंदे को खा गया तो वह जानता सरपंची साढ़े को सन 78 तो अज भी सरपंच मौजूदा साढ़ा आ जे घटो घट कोई भी वो होंगी तो माड़ी मोटी तो शर्म बंदा करता ही है ना भी मैं विधायक का पिंड आ असैम्बली मैं आके आया वह जवाब नहीं मेरे पिंड जाओ सड़क के स्टेडियम है वह 10 लाख रुपया कढ़ा के खा लिया 20 फुट कंध डे के आपे तो वह भी बिचे खलोती है। सो इस तरह दगा गल कर ये जरूर लोगों के मन च भी जेकर बाजवा चले गया बटाले तो पर वो तो कहते मेरे मुंडे मैं नाल फतेहगढ़ लड़ा वो कुछ खाली छड़न की तो नहीं गल करता वो तो हूँ भी उन्हें जोर लाया पार्टी ने दाबा मारता कि अं तेरे मुंडे टिकट नहीं देनी तो हूँ वो कभी उधर चुकी फिर उधर मेरे तो कोई इतराज नहीं गा ना जो इलैक्शन होंदिया ने ना ये सैटिंग नहीं लड़िया जाएगा ये बहुत लोगों को भुलेखा होंगे पार्टी दे बाहर जाके तुसी कहो तो फिर लोगों जे ढे साथी ने ढे तुरन जे मान लो मैं अकाली दल चाँ तो मैं बंद कह अकाली दल वोट ना पाओ लोग जुत्तियां मारते इतना नहीं करते जे कांग्रेस बंदा खलोता हो तो कांग्रेस कहे तू कांग्रेस वोट ना पाओ लोग जुत्तियां मार गए ये अवें एक हवाई गल् होंदिया ने लोग भी साढ़े नालों सियाने ने तो फिर तुहानू की लगता कि इस बार लोग फतेहगढ़ चूड़ियां दे तुहाडे ते क्यों भरोसा करनगे क्यों तृप्त रजिंद्र बाजवा नूं विधानसभा नहीं भेजणगे और तुहानू भेज सकदे ने नहीं मेरे नाल ते लोकां दा चलो मेरी जाति अटैचमेंट ही इन्नी है और इहदा तुसीं हर बच्चे बच्चे को पुछ सकदे आ कि असीं पार्टी तों उपर जाके शहर फतेहगढ़ चूड़ियां जाओ इत्थे ते मेरे हिंदू भरा करदे उत्थे मेरे सारे हिंदू भरा मेरे नाल ने लोकां ने जिन्हां ने इह गल वी मैनूं कही कि साडा डीएनए कांग्रेसी सी असीं डीएनए चेंज कर दित्ता असी लोधी लंगल नूं पार्टी तों उपर उठ के वोटां पा रहे हैं साढ़े नाल इहदी जाति अटैचमेंट है मैं फतेहगढ़ दीआं गलियां च खेडदा रहा गुडियां लुटदा रहा उत्थे पढ़दा रहा जिथे तुहानूं जाति अटैचमेंट हुंदी आ उह पार्टी तों वी तां गल चली जांदी आ इस इलाके नाल मेरी बड़ी जाति अटैचमेंट है मैं अतवाद के समय कोई इत्थे नहीं सी लोधी लंगल कल्ला ही सी जिहड़ा रात दिन भज्जा फिरदा सी जदों नजायज़ बंदे चुके जांदे सी मैं उहनां मगर जा के स्ट्रगल करदा सी और उस स्ट्रगल करके कई लोगों नूं मैं जिहड़ी पुलिस दी जियाती सी उह तों बचाया और मैं कल्ला ही सां उस वेले जिन्हें इस थान के उत्ते राखी की और मैं कई बार पग्गां भी लवा के आया पुलिस के कोलों कई बार मैं धक्के खा के भी आया
ਪਰ ਮੈਂ ਪਿੱਛੇ ਨਹੀਂ ਹਟਿਆ ਮੈਂ ਸਮਾਂ ਨਗਾਇਆ ਤੁਸੀਂ ਕਹਿ ਰਹੇ ਕਿ ਮੇਰਾ ਕਮਿਊਨੀਕੇਸ਼ਨ ਵਧੀਆ ਗਰਾਊਂਡ ਤੇ ਤੁਹਾਡਾ ਆਪਣਾ ਕਮਿਊਨੀਕੇਸ਼ਨ ਵਧੀਆ ਪਰ ਤੁਹਾਡੀ ਪਾਰਟੀ ਦੇ ਹਜੇ ਵੀ ਉਹ ਐਲੀਗੇਸ਼ਨਸ ਨਹੀਂ ਹਟ ਰਹੇ ਚਾਹੇ ਉਹ ਬਿਕਰਮ ਸਿੰਘ ਮਜੀਠੀਆ ਤੇ ਨਸ਼ੇ ਦਾ ਜਿਹੜਾ ਆਰੋਪ ਹੈ ਉਹ ਪਰਚਾ ਹੋਣ ਤੋਂ ਬਾਅਦ ਫਿਰ ਇੱਕ ਵਾਰੀ ਕੰਟਰੋਵਰਸੀ ਵੱਧ ਗਈ ਬੇਅਦਬੀ ਦੇ ਆਰੋਪ ਲਗਾਤਾਰ ਵਿਰੋਧੀ ਤੁਹਾਡੇ ਤੇ ਲਗਾਉਂਦੇ ਜਾ ਰਹੇ ਨੇ ਤੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਸ ਤਰ੍ਹਾਂ ਦੀ ਬੈਲਟ ਹੈ ਜਿਸ ਤਰ੍ਹਾਂ ਦਾ ਇਲਾਕਾ ਇਹਦੇ ਵਿੱਚ ਇੱਕ ਪਾਰਟੀ ਦੀ ਜੋ ਤੁਹਾਡੇ ਹਜੇ ਵੀ ਦਾਗ ਲੱਗੇ ਆ ਜਾਂ ਆਰੋਪ ਲੱਗਦੇ ਆ ਰਹੇ ਨੇ ਜੋ ਹਜੇ ਸਾਫ਼ ਨਹੀਂ ਹੋਏ ਉਹਦਾ ਨੁਕਸਾਨ ਤੁਹਾਨੂੰ ਹੋ ਸਕਦਾ ਕੋਈ ਦਾਗ ਨਹੀਂ ਲੋਕ ਸਮਝਦੇ ਆ ਜਿਹਨਾਂ ਲੋਕਾਂ ਨੇ ਤੋਪਾਂ ਟੈਂਕਾਂ ਦੇ ਨਾਲ ਸੈਂਕੜੇ ਬੀੜਾਂ ਡਾ ਦਿੱਤੀਆਂ ਹਮਲਾ ਕੀਤਾ ਧਾਰਮਿਕ ਸਥਾਨਾਂ 'ਤੇ ਇੰਨੇ ਲੋਕਾਂ ਨਾਲ ਜਾਤੀਆਂ ਕੀਤੀਆਂ ਉਹ ਗੁਰੂ ਮਹਾਰਾਜ ਦੇ ਪੱਤਰਿਆਂ ਦੀ ਗੱਲ ਕਰਨ ਜੋਗੇ ਹੈ ਕਿੱਥੋਂ ਨੇ ਉਹ ਤਾਂ ਸਿਰਫ ਇੱਕ ਪੋਲੀਟੀਕਲ ਸਟੰਟ ਸੀ ਉਹਨਾਂ ਦਾ ਔਰ ਉਹਦਾ ਨਤੀਜਾ ਤੁਸੀਂ ਵੇਖਦੇ ਹੋ ਜਿਹਨਾਂ ਦੀਆਂ ਜ਼ਮਾਨਤਾਂ ਜ਼ਬਤ ਨਾ ਹੋਣਗੀਆਂ ਜਦੋਂ ਦੁਬਾਰਾ ਇੰਟਰਵਿਊ ਲੈਣ ਆਓਗੇ ਮੈਨੂੰ ਦੱਸਿਓ ਬੁਰਾ ਹਾਲ ਹੋਊਗਾ ਅਕਾਲ ਤਖ਼ਤ ਸਾਹਿਬ 'ਤੇ ਖਲੋ ਕੇ ਬਾਦਲ ਸਾਹਿਬ ਨੇ ਕੀਤਾ ਵੀ ਜਿਹੜੇ ਲੋਕ ਇਹ ਗੱਲਾਂ ਕਰ ਰਹੇ ਨੇ ਬਿਲਕੁਲ ਜਿਹਨੇ ਕੋਈ ਬੇਅਦਬੀ ਕੀਤੀ ਆ ਜਿਹਨੇ ਕਰਵਾਈ ਆ ਜਿਹੜਾ ਬੰਦਾ ਇਹਨੂੰ ਪੋਲੀਟੀਕਲ ਰਾਈਜ਼ ਕਰ ਰਿਹਾ ਉਹਨਾਂ ਦਾ ਕਿਸੇ ਦਾ ਕੱਖ ਨਾ ਰਹੇ ਔਰ ਜੋ ਹਾਲ ਕੈਪਟਨ ਦਾ ਵੀ ਹੋਇਆ ਤੁਹਾਡੇ ਸਾਹਮਣੇ ਆ ਕੋਡੀਓ ਖੋਟਾ ਹੋ ਗਿਆ ਜਾਖੜ ਦੇ ਪੱਲੇ ਕੁਛ ਪਿਆ ਆ ਔਰ ਆ ਸਿੱਧੂ ਦਾ ਵੇਹਦਾ ਰਿਹਾ ਔਰ ਇਹ ਜਲੂਸ ਕੱਢ ਕੇ ਬਿਕਰਮ ਮਜੀਠੀਆ ਭੇਜਦੇ ਤੁਸੀਂ ਉੱਥੇ ਕੀ ਕਰਨਗੇ ਉਹਨੂੰ ਬਿਕਰਮ ਮਜੀਠੀਆ ਬਹੁਤ ਉਹਦਾ ਧੂੰਆਂ ਕੱਢੂਗਾ ਬੜੀ ਛਾਣ ਨਾਲ ਜਿੱਤੂਗਾ ਬਿਲਕੁਲ ਗਰੰਟੀ ਆ ਛੋਟੇ ਭਰੂਣੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਤੁਹਾਡੇ ਹਲਕੇ ਤੋਂ ਲੜ ਰਹੇ ਕੋਈ ਮਦਦ ਮੁਦਦ ਕਰ ਰਹੇ ਉਹਨਾਂ ਦੀ ਕਿਉਂਕਿ ਉਹ ਨਵਾਂ ਹਲਕਾ ਰਾਤ ਦਿਨ ਕਰ ਰਿਹਾ ਛੋਟੇਪੁਰ ਨੇ ਅੱਗੇ ਪਾਰਲੀਮੈਂਟ ਲੜੀ ਸੀ ਆਪ ਵੱਲੋਂ ਉਦੋਂ ਉਹਨੂੰ ਬਟਾਲੇ 'ਚੋਂ 24,000 ਵੋਟ ਪਈ ਸੀ ਮੈਨੂੰ 20,000 ਪਈ ਸੀ ਘੁੱਗੀ ਨੂੰ 22,000 ਪਈ ਸੀ ਉਹਦਾ ਲੋਕਾਂ ਦੇ ਵਿੱਚ ਆਧਾਰ ਹੈ ਫਿਰ ਸਾਡੇ ਕੋਲ ਵੋਟ ਬੈਂਕ ਜਿਹੜਾ 25,000 ਦਾ ਉੱਥੇ ਆਪਣਾ ਵੀ ਹੈਗਾ ਅਕਾਲੀ ਦਲ ਦਾ ਉਹ ਬਸਪਾ 2,500 ਦੀ ਵੋਟ ਸਾਨੂੰ ਦਿੰਦੀ ਹੈ ਅੱਗੇ ਨਾਲੋਂ ਸਨੈਰੀਓ ਬੈਟਰ ਆ ਪਿੰਡਾਂ 'ਚ ਸਾਡੀ ਪੁਜੀਸ਼ਨ ਉਸੇ ਤਰ੍ਹਾਂ ਹੀ ਸੇਫ ਆ ਹੁਣ ਇਹ ਵਿਹਨੇ ਆ ਕਾਂਗਰਸ ਵਾਲੇ ਜਿਹੜੇ ਕੀ ਕਰਦੇ ਆ ਇਹ ਕਿਤਨਾ ਤੁਰਦੇ ਆ ਊਠ ਕਿਹੜੀ ਕਰਵਟ ਬੈਠਦਾ ਆ ਹੁਣ ਕਦੀ ਉਹ ਆਉਂਦਾ ਮੈਂ ਮੁੰਡੇ ਨੂੰ ਖੜਾ ਕਰਨਾ ਕਈ ਆਉਂਦਾ ਮੈਂ ਇੱਥੇ ਹੋਰ ਫਲਾਣੇ ਨੂੰ ਖੜਾ ਕਰ ਦੇਣਾ ਜੇ ਇਹਨਾਂ ਨੇ ਕੋਈ ਇੱਕ ਹੋਰ ਹਿੰਦੂ ਖੜਾ ਕਰ ਦਿੱਤਾ ਤਾਂ ਨੈਚੁਰਲੀ ਉਹਨਾਂ ਦੀਆਂ ਵੋਟਾਂ ਵੰਡੀਆਂ ਜਾਣਗੀਆਂ ਫਤਿਹ ਜੰਗ ਬਾਜਵੇ ਉਹਨਾਂ ਦਾ ਕੀ ਬਣੇਗਾ ਮੈਂ ਬਟਾਲੇ ਦੇ ਵੀ ਕਿਉਂਕਿ ਤੁਸੀਂ ਤਾਂ ਮੌਜੂਦਾ ਵਿਧਾਇਕ ਹੋ ਨਾ ਉੱਥੇ ਵੀ ਥੋੜ੍ਹੀ ਰਾਜਨੀਤੀ ਉਹਨੇ ਉਹ ਆਪਣੇ ਆਪ 'ਚ ਇੱਕ ਹਲਕਾ ਜਿਹੜਾ ਹਾਈ ਪ੍ਰੋਫਾਈਲ ਹਲਕਾ ਬਣ ਗਿਆ ਇੱਕੋ ਕੋਠੀ ਦੇ ਦੋ ਝੰਡੇ ਲੱਗ ਗਏ ਕਾਂਗਰਸ ਦੇ ਵੀ ਅਤੇ ਬੀਜੇਪੀ ਦੇ ਵੀ ਅਤੇ ਫਤਿਹ ਜੰਗ ਉਹਨਾਂ ਦਾ ਫਿਰ ਕੀ ਅਸਰ ਪਏਗਾ ਇਹ ਛੋਟੇਪੁਰ ਉਹਨਾਂ ਨੂੰ ਨੁਕਸਾਨ ਨਹੀਂ ਹੋਏਗਾ ਤੁਹਾਡੀ ਪਾਰਟੀ ਨੂੰ ਨੁਕਸਾਨ ਨਹੀਂ ਹੋਏਗਾ ਨਹੀਂ ਵੇਖੋ ਸਾਨੂੰ ਤਾਂ ਜਿਹੜੀ ਆਪਣੀਆਂ ਬੀਜੇਪੀ ਦੀਆਂ ਵੋਟਾਂ ਛੋਟੇਪੁਰ ਨੂੰ ਤਾਂ ਪੈਣੀਆਂ ਨਹੀਂ ਸਮਝ ਗਏ ਕਿ ਨਹੀਂ ਅਸੀਂ ਤਾਂ ਕਹਿੰਦੇ ਵੱਧ ਤੋਂ ਵੱਧ ਸ਼ਹਿਰ 'ਚੋਂ ਵੋਟਾਂ ਫਤਿਹ ਜੰਗ ਬਾਜਵਾ ਲੈ ਜੇ ਉਹਨਾਂ ਹੀ ਸਾਡੀ ਪਾਰਟੀ ਨੂੰ ਫਾਇਦਾ ਮੈਂ ਪਹਿਲੇ ਨੇਤਾ ਨੂੰ ਮਿਲ ਰਿਹਾ ਜਿਹੜੇ ਪੂਰੀ ਤਰ੍ਹਾਂ ਕੈਲਕੂਲੇਸ਼ਨਸ ਨਾਲ ਹੀ ਗੱਲ ਕਰ ਰਹੇ ਨੇ ਤੇ ਅਕਸਰ ਨੇਤਾ ਤੇ ਹਵਾਈ ਗੱਲ ਕਰ ਦਿੰਦੇ ਨੇ ਵੇਵ ਵਾਲੀ ਗੱਲ ਕਰ ਦਿੰਦੇ ਨੇ ਮੈਂ ਤੁਹਾਨੂੰ ਇੱਕ ਚੀਜ਼ ਦੱਸੀ ਆ ਮੈਂ ਹਰ ਗੱਲ ਨੂੰ ਕੈਲਕੂਲੇਸ਼ਨ ਨਾਲ ਚੱਲਦਾ ਮੈਂ 9,500 ਤੇ ਡਾਊਨ ਜਦੋਂ ਫਤਿਹਗੜ੍ਹ ਤੋਂ ਆਪਣਾ ਬਟਾਲੇ ਤੋਂ ਸਨ 9 ਰਾਊਂਡ ਗਿਣੇ ਗਏ ਸੀ ਇੱਕ ਬਜ਼ਰਵਰ ਬਿਹਾਰ ਦਾ ਸੀ ਇੱਕ ਸਾਡਾ SDM ਸੀ ਉਹ ਆਉਂਦੀ ਸੀ ਯਾਰ ਇਹ ਬੰਦੇ ਦੇ ਮਨ 'ਤੇ ਕਿਸੇ ਕਿਸਮ ਦਾ ਕੋਈ ਫਿਕਰ ਹੀ ਨਹੀਂ ਹੈਗਾ ਅਤੇ ਸੇਖੜੀ ਨੂੰ ਮੈਂ ਕਿਹਾ ਤੂੰ ਹੁਣ ਹਾਰ ਗਿਆ ਕਹਿੰਦਾ ਇਹ ਕਿਤਰਾ ਮੈਂ ਕਿਹਾ ਮੈਂ 20,000 ਵੋਟ ਸ਼ਹਿਰ 'ਚੋਂ ਲੈਣੀ ਸੀ ਮੈਂ 19,986 ਲੈ ਗਿਆ 10,000 ਵੋਟ ਮੈਂ ਇਹਨਾਂ 4 ਰਾਊਂਡਾਂ 'ਚ ਵਧਾਉਣੀ ਹੈ ਤੁਸੀਂ ਮੰਨ ਸਕਦੇ ਹੋ 10,000 ਹੀ ਵਧੀ ਕਦੀ ਇੰਨੀ ਕੈਲਕੂਲੇਸ਼ਨ ਕਿਸੇ ਕੋਲ ਹੋ ਸਕਦੀ ਹੈ ਮੈਂ ਕਿਹਾ ਤੇਰਾ ਭਰਾ ਜਿਹੜਾ ਜੇ 6,000 ਵੋਟ ਲੈ ਜਾਂਦਾ ਤਾਂ ਮੈਂ 6,000 'ਤੇ ਜਿੱਤਣਾ ਹੈ ਹੁਣ ਤੇਰਾ ਭਰਾ 590 ਵੋਟਾਂ ਲੈ ਕੇ ਗਿਆ ਹੁਣ ਮੈਂ 500 ਦੇ ਲਾਗੇ ਜਾ ਕੇ ਜਿੱਤ ਜਾਣਾ ਕੈਲਕੂਲੇਸ਼ਨ ਕਰੀ ਦੀ ਹੈ ਚਲੋ ਆਮ ਆਦਮੀ ਪਾਰਟੀ ਦੀ ਵੇਵ ਕਿੱਥੇ ਦੇਖ ਰਹੇ ਹੋ ਕਹਿੰਦੇ ਮਾਝੇ 'ਚ ਇਸ ਵਾਰੀ ਸਟਰੋਂਗ ਹੋ ਗਈ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਸੀਐਮ ਚਿਹਰਾ ਵੀ ਉਹਨਾਂ ਨੇ ਐਲਾਨਤਾ ਫਿਰ ਵੀ ਤੁਹਾਡੇ ਲਈ ਕੋਈ ਚੁਣੌਤੀ ਨਹੀਂ ਦੋਵੇਂ ਹਲਕਿਆਂ ਦੀ ਗੱਲ ਕਰ ਰਿਹਾ ਮੈਂ ਬਟਾਲਾ ਔਰ ਫਤਿਹਗੜ੍ਹ ਚੂੜੀਆਂ ਦੇ ਲਈ ਆਮ ਆਦਮੀ ਪਾਰਟੀ ਦਾ ਤਾਂ ਵੇਖੋ ਜਨਾਜ਼ਾ ਨਿਕਲ ਗਿਆ ਲੋਕ ਪੁੱਛਦੇ ਆ ਯਾਰ 20 ਜਿਤਾਏ ਸੀ ਉਹਦੇ 'ਚੋਂ ਤੁਹਾਡੇ 11 ਭੱਜ ਗਏ ਨੇ ਤੁਹਾਡੇ MP ਸਾਰੇ ਭੱਜ ਗਏ ਆ ਤੁਹਾਨੂੰ ਵੋਟਾਂ ਪਾ ਕੇ ਕਰਨਾ ਕੀ ਆ ਨਾਲੇ ਕਿਹੜੇ ਬੰਦੇ ਲੈ ਕੇ ਆਏ ਨੇ ਕੋਈ ਹਸਪਤਾਲ ਲੈ ਕੇ ਆਏ ਨੇ ਇੱਧਰੋਂ ਕੂੜਾ ਕਾੜਾ ਇਕੱਠਾ ਕਰਕੇ ਜਿਹਨੂੰ ਅਸੀਂ ਟਿਕਟ ਨਹੀਂ ਦਿੰਦੇ ਉੱਧਰ ਚੱਲ ਜਾਂਦਾ ਜੋ ਕਾਂਗਰਸ ਜਾਂਦਾ ਉਹਦੇ ਦੇ ਦਿੰਦਾ ਦੇਖੋ ਕੋਈ ਚਾਹੀਦਾ ਸਿਲੈਕਟਿਵ ਕੈਂਡੀਡੇਟ ਹੋਵੇ ਜਿਹਦਾ ਕੋਈ ਇੰਪ੍ਰੈਸ਼ਨ ਹੋਵੇ ਪੰਜਾਬ ਦੇ ਵਿੱਚ ਦੋਨਾਂ ਪਾਰਟੀਆਂ ਦਾ ਗਰਾਊਂਡ ਲੈਵਲ 'ਤੇ ਕੈਡਰ ਵੋਟ ਆ ਕਾਂਗਰਸ ਦਾ ਵੀ ਆ ਅਕਾਲੀ ਗਈਆਂ ਆਪ ਵਾਲਿਆਂ ਅਤੇ ਉਹਨਾਂ ਦੀਆਂ ਹੀ ਗਈਆਂ ਸਾਡਾ ਵੋਟ ਬੈਂਕ ਬਿਲਕੁਲ ਨਹੀਂ ਹਲਿਆ ਸਾਨੂੰ ਤਾਂ ਵੇਖ ਲਓ ਸਾਰੀਆਂ ਯੂਨੀਅਨ ਵੀ ਲੋਧੀ ਨੰਗਲ ਕਿਉਂਕਿ ਇਹ ਬਿਲਕੁਲ ਕਿਸਾਨ ਆ ਨਰੋਲ ਮੈਨੂੰ ਸਾਰਾ ਵੀ ਨੁਕਸਾਨ ਨਹੀਂ ਤੁਹਾਨੂੰ ਕਿਸਾਨਾਂ ਦਾ ਵੀ ਕਿਸਾਨਾਂ ਨੇ ਵੀ ਉਮੀਦਵਾਰ ਖੜੇ ਕੀਤੇ ਮੇਰੇ ਹਲਕੇ ਦੇ ਸਾਰੇ ਕਿਸਾਨ ਮੇਰੇ ਨਾਲ ਨੇ ਮੈਂ 4 ਵਾਰਾਂ ਮੋਰਚੇ 'ਚ ਜਾ ਕੇ ਆਇਆ ਪਰਨਾ ਵਲੇਟ ਕੇ ਦੱਸਿਆ ਨਹੀਂ ਵੀ ਮੈਂ MLA ਹਾਂ ਅਸੀਂ ਯੂਨੀਅਨ ਨੂੰ ਸੇਵਾ ਵੀ ਭੇਜਦੇ ਰਹੇ ਹਾਂ ਇੱਥੋਂ ਤਕਰੀਬਨ 80-85 ਅਸੀਂ ਉਹ ਅੱਛਾ ਫਿਰ ਤੁਹਾਡੀ ਕੈਲਕੂਲੇਸ਼ਨ ਕੀ ਕਹਿੰਦੀ ਹੈ ਕਿਸਾਨਾਂ ਨੂੰ ਜਿਹੜਾ ਵੋਟ ਜਾਊਗਾ ਕਿਸਾਨਾਂ ਦੇ ਉਮੀਦਵਾਰ ਨੂੰ ਉਹ ਕਿਹਦਾ ਨੁਕਸਾਨ ਹੋਊਗਾ ਆਮ ਆਦਮੀ ਪਾਰਟੀ ਦਾ ਕਿ ਤੁਹਾਡਾ ਕਿਉਂਕਿ ਤੁਹਾਡੇ ਇਹ ਨਾ ਹਰ ਹਲਕੇ ਦਾ ਸਿਨੈਰੀਓ ਵੱਖਰਾ ਵੱਖਰਾ ਹੈ ਤੁਹਾਡੇ ਹਲਕੇ 'ਚ ਕੀ ਕਹਿੰਦੇ ਮੇਰੇ ਹਲਕੇ 'ਚ ਕਿਸੇ ਕਿਸਮ ਦਾ ਸਾਰਾ ਵੋਟ ਮੇਰੇ ਨਾਲ ਆ ਮੇਰੇ ਨਾਲ ਕਿਸੇ ਕਿਸਮ ਦਾ ਪਹਿਲੀ ਤਾਂ ਗੱਲ ਹੈ ਵੀ ਵੇਖੋ ਸਾਡਾ ਇੱਥੇ BJP ਦਾ ਕੋਈ ਕੈਂਡੀਡੇਟ ਨਹੀਂ
ਸਾਡਾ ਕੈਪਟਨ ਸਾਹਿਬ ਦਾ ਕੈਮਡੀ ਟੁੱਟਿਆ, ਉਹ ਵਿਚਾਰਾ ਵੀ ਮਸਤ ਮਲਾਂਗੀ ਆ, ਉਹਨੇ ਨਾ ਜਾਣਾ ਬਾਹਰ ਨਾ ਆਉਣਾ ਯਾਰ। ਇਸ ਕਰਕੇ ਸਾਨੂੰ ਬੜੀ ਫਾਇਦੇਮੰਦ ਨੇ, ਵਧੀਆ ਹੋਣ ਤਾਂ ਤੁਹਾਡੇ ਲਈ ਫਾਇਦੇਮੰਦ, ਵਧੀਆ ਮੰਦ ਆ, ਪਰ ਸਾਨੂੰ ਉਹ ਵੋਟਾਂ ਸਾਡੇ ਨਾਲ ਨੇ ਜਿਹੜੀਆਂ ਬੀਜੇਪੀ ਦੇ ਕੈਂਡੀਡੇਟ ਨੂੰ ਪੈਣੀਆਂ ਸੀ ਉਹ ਲੋਧੀ ਨੰਗਲ ਨੂੰ ਪੈ ਰਹੀਆਂ। ਇਸ ਕਰਕੇ ਤੁਸੀਂ ਫਿਰ ਕੇ ਵੇਖੋਗੇ, ਬਹੁਤ ਬੈਸਟ ਮੇਰਾ ਖਿਆਲ ਹੈ ਜੇ ਤੁਸੀਂ ਕਹਿ ਲਓ ਨਾ, ਜਾਂ ਸਾਰੇ ਮਾਝੇ 'ਚੋਂ ਤੁਹਾਨੂੰ ਬੈਸਟ ਸੀਟ ਜਾਪੂਗੀ ਵੀ ਅੱਗੇ ਜਾ ਰਹੀ ਹੈ। ਆਖਰੀ ਇੱਕ ਦੋ ਸਵਾਲ ਹੋਰ ਮੈਂ ਕਰਨਾ ਚਾਹੁੰਦਾ, ਕਿਉਂਕਿ ਮੈਂ ਫਤਿਹਗੜ੍ਹ ਚੂੜੀਆਂ 'ਚ ਬੈਠੇ ਹਾਂ, ਤ੍ਰਿਪਤ ਰਜਿੰਦਰ ਬਾਜਵਾ ਦਾ ਮੈਂ ਜ਼ਿਕਰ ਕੀਤਾ ਕਿ ਵੱਡੇ ਨੇਤਾ ਹੋ ਗਏ, ਮੁੱਖ ਮੰਤਰੀ ਬਦਲਤੇ, ਨਵਾਂ ਮੁੱਖ ਮੰਤਰੀ ਵੀ ਜਦੋਂ ਬਣਾਇਆ ਤਾਂ ਫੀਲਡਿੰਗ ਦੇ ਵਿੱਚ ਅੱਗੇ ਅੱਗੇ ਰਹਿੰਦੇ ਸੀਗੇ, ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਵੀ ਉਹ ਕਹਿੰਦੇ ਕਿ 111 ਦਿਨਾਂ ਦੇ ਵਿੱਚ ਉਹਨਾਂ ਦਾ ਦਾਵਾ ਕਿ ਬਿਜਲੀ ਦੇ ਬਿੱਲ ਮਾਫ਼ ਕਰਾ ਤੇ, ਲਾਲ ਲਕੀਰ ਵਾਲਾ ਮੁਹਿੰਮ ਚਲਾ ਤੀ, ਪੈਟਰੋਲ ਡੀਜ਼ਲ ਸਸਤਾ ਕਰਤਾ, ਕਿਉਂਕਿ ਤੁਹਾਡੀ ਜ਼ਿਆਦਾ ਰੂਰਲ ਬੈਲਟ ਹੈ, ਰੂਰਲ ਬੈਲਟ 'ਤੇ ਫਿਰ ਅਸਰ ਪੈਂਦਾ ਕਿ ਨਹੀਂ? ਮੈਂ ਤੁਹਾਨੂੰ ਦੱਸਦਾ ਜਿਹੜੀਆਂ ਫੈਕਟੀਸੀਅਸ ਝੂਠੀਆਂ ਗੱਲਾਂ ਹੁੰਦੀਆਂ ਨਾ, ਆਹ ਲਾਲ ਡੋਡੇ ਦੇ ਵਿੱਚ ਕਿਸੇ ਬੰਦੇ ਤਕਲੀਫ ਹੀ ਕੋਈ ਨਹੀਂ, ਅਸੀਂ ਸਾਰੇ ਪੇਂਡੂ ਹਾਂ, ਸਾਡੇ ਲੋਕ ਪਿਤਾ ਪੁਰਖੀ ਆ, ਸਾਰੇ ਮੇਰੇ ਮਸੀਹ ਭਰਾ ਬਹਿ ਰਹੇ ਨੇ, ਇਹਨਾਂ ਦੇ ਕੋਈ ਜਿਹੜੇ ਘਰ ਨੇ ਉਹਨਾਂ ਨੂੰ ਕੋਈ ਸਮੱਸਿਆ ਹੈਗੀ ਆ, ਇਹ ਬਗੈਰ ਵਜ੍ਹਾ ਦੀ ਗੱਲ ਹੀ ਆ। ਸੈਕਿੰਡ ਗੱਲ ਆ, ਇਹ ਜਿਹੜਾ ਮਾਫ਼ੀ ਦੀ ਗੱਲ ਕਰਦੇ ਆ, ਮਾਫ਼ੀ ਤਾਂ ਜੇ ਮਿਲੀ ਕਿਸੇ ਨੂੰ ਨਹੀਂ, 5 ਰੁਪਏ ਰੇਤ ਕਿਸੇ ਨੂੰ ਮਿਲੀ ਨਹੀਂ, 36,000 ਮੁਲਾਜ਼ਮ ਇਹਨਾਂ ਦੇ ਸਾਡੇ ਸਫੈਦੇ ਭਰ ਦਿੱਤੇ, ਬੋਰਡ ਲਾ ਲਾ ਕੇ ਇਹਨਾਂ ਦੇ ਕਰੋੜਾਂ ਰੁਪਈਆ ਖਰਾਬ ਕਰਤਾ ਸਰਕਾਰ ਦਾ, ਐਡਵਰਟਾਈਜ਼ ਝੂਠੀ ਐਡਵਰਟਾਈਜ਼ਮੈਂਟ ਕਰਤੀ, ਸਰਕਾਰ ਬਣੀ ਇਹਦਾ ਹਿਸਾਬ ਵੀ ਲਵਾਂਗੇ, ਇਹਨਾਂ ਦੇ ਕੇਸ ਵੀ ਦਰਜ ਕਰਾਂਗੇ। ਆਖਰੀ ਸਵਾਲ, 2-3 ਦਿਨ ਪਹਿਲਾਂ ਤੁਹਾਡੇ ਨਾਲ ਵੀ ਇੱਕ ਕੰਟਰੋਵਰਸੀ ਜੁੜ ਗਈ, ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ, ਕਹਿੰਦੇ ਤੁਸੀਂ ਕਹਿੰਦੇ ਕਿ ਮੈਂ ਬਟਾਲੀ ਸੀਟ ਛੱਡ ਗਿਆ, ਜਦ ਹਿੰਦੂਆਂ ਦੀ ਕੋਈ ਜ਼ਿਕਰ ਤੁਸੀਂ ਕਰ ਰਹੇ ਹੋ, ਕੰਟਰੋਵਰਸੀ ਤੁਹਾਡੇ ਨਾਲ ਕਿਉਂ ਜੁੜ ਗਈ, ਕੀ ਗੱਲ ਸੀਗੀ? ਨਹੀਂ ਐਸੀ ਗੱਲ ਨਹੀਂ ਗੀ, ਦਰਥ ਲਿਆ ਵੀ ਤੁਸੀਂ ਆਪ ਮੰਨਦੇ ਜੇ ਕਿ ਉੱਥੇ ਹਿੰਦੂ ਇਹ ਜਿਹੜੀ ਆ ਨਾ ਮੈਜੋਰਟੀ ਸੀਟ ਆ, ਹਿੰਦੂ ਮੈਜੋਰਟੀ ਸੀਟ ਹੋਣ ਕਰਕੇ ਉੱਥੇ ਜਿਹੜੀ ਆ ਨਾ ਸਰਦਾਰ ਨੂੰ ਵੋਟ ਘੱਟ ਪੈਂਦੀ ਆ, ਨੋ ਡਾਊਟ। ਇਹ ਕੋਈ ਬੰਦਾ ਇਹ ਗੱਲ ਉਹਨਾਂ ਨੂੰ ਵੀ ਪੁੱਛੋ, ਉਹ ਵੀ ਕਹਿ ਲੈਣਗੇ ਮੇਰੇ ਯਾਰ ਨੇ ਦੋਸਤ ਨੇ, ਪਰ ਉਹਦੇ ਅਸੀਂ ਤੁਹਾਨੂੰ ਵੋਟ ਪਾ ਦਈਏ, ਸਾਡੇ ਘਰ ਦੇ ਵੋਟ ਨਹੀਂ ਪਾਉਂਦੇ, ਅਕਾਲੀ ਦਲ ਦੇ ਨਾਲ ਉਹਨਾਂ ਦੀ ਗੱਲ ਜਿਹੜੀ ਆ ਚੱਲਦੀ ਨਹੀਂ। ਤੁਸੀਂ ਪੋਲਰਾਈਜੇਸ਼ਨ ਦੀ ਰਾਜਨੀਤੀ ਨਹੀਂ ਕਰ ਰਹੇ ਫਤਿਹਗੜ੍ਹ ਚੂੜੀਆਂ 'ਚ ਇਸ ਤਰ੍ਹਾਂ ਕਹਿ ਕੇ? ਨਹੀਂ ਜੱਟ ਵਾਪਸ ਆ ਗਿਆ, ਹਿੰਦੂਆਂ ਤੋਂ ਮੈਂ ਭੱਜ ਗਿਆ, ਉੱਥੇ ਗੱਲ ਨਹੀਂ ਮੇਰੇ ਬਹੁਤ ਜ਼ਿਆਦਾ ਵੇਖੋ, ਹੁਣ ਸਾਰੇ ਉੱਥੇ ਜਿੰਨੇ ਵੀ ਸਾਡੇ ਆਪਣਾ ਬੀਜੇਪੀ ਦੇ ਪ੍ਰਧਾਨ ਨੇ, ਸਾਰੇ ਮੇਰੇ ਨਿੱਜੀ ਮਿੱਤਰ ਨੇ, ਫਤਿਹਗੜ੍ਹ ਚੂੜੀਆਂ ਮੇਰੇ ਨਿੱਜੀ ਮਿੱਤਰ ਨੇ, ਉਹਨਾਂ ਨਾਲ ਮੈਂ ਬਹੁਤ ਫਰੈਂਡਲੀ ਹਾਂ। ਬੀਜੇਪੀ ਪ੍ਰਧਾਨ ਔਰ ਹਿੰਦੂਆਂ ਵਿੱਚ ਫਰਕ ਆ ਗਿਆ ਨਾ? ਨਹੀਂ ਨਹੀਂ ਹਿੰਦੂਆਂ ਦੀ ਗੱਲ ਨਹੀਂ ਗੀ, ਗੱਲ ਬੀਜੇਪੀ ਪ੍ਰਧਾਨ ਦੀ, ਹਿੰਦੂ ਸਾਰੇ ਥੋੜ੍ਹੇ ਆ, ਹੁਣ ਮੇਰੇ ਨਾਲ ਸਾਰੀਆਂ ਉੱਥੇ ਹਿੰਦੂ ਸਭਾ, ਉੱਥੇ ਜਿਹੜੀ ਬ੍ਰਾਹਮਣ ਸਭਾ, ਉੱਥੇ ਬਾਬਾ ਲਾਲ ਜੀ ਸਭਾ, ਸਾਰੀਆਂ ਸਭਾਵਾਂ ਮੇਰੇ ਨਾਲ ਓਪਨਲੀ ਤੁਰੀਆਂ ਨੇ। ਮੈਂ ਕੱਲ੍ਹ 4 ਵਜੇ ਦੇ ਉੱਥੇ ਗਿਆ ਸਾਂ, ਉਹਨਾਂ ਦੇ ਯਾਤਰਾ ਦੇ ਉੱਤੇ ਜਾ ਕੇ ਆਇਆ ਸੀ, ਇਹ ਮੇਰਾ ਉਹਨਾਂ ਨਾਲ ਜਾਤੀ ਅਟੈਚਮੈਂਟ ਆ, ਉਹਦੇ ਉਹਨਾਂ ਦਾ ਕਹਿਣਾ ਵੀ ਇਹ ਆ ਵੀ ਅਸੀਂ ਪਾਰਟੀ ਕਰਕੇ ਨਹੀਂ ਵੋਟਾਂ ਪਾਉਣੀਆਂ, ਅਸੀਂ ਲਖਬੀਰ ਸਿੰਘ ਲੋਧੀ ਨੰਗਲ ਕਰਕੇ ਵੋਟਾਂ ਪਾਉਣੀਆਂ। ਲੋਧੀ ਨੰਗਲ ਸਾਹਿਬ ਧੰਨਵਾਦ ਤੁਹਾਡਾ ਸਾਨੂੰ ਸਮਾਂ ਦੇਣ ਲਈ। ਇਹ ਸਨ ਲਖਬੀਰ ਸਿੰਘ ਲੋਧੀ ਨੰਗਲ, ਜੋ ਇਸ ਵੇਲੇ ਤਾਂ ਬਟਾਲਾ ਤੋਂ ਵਿਧਾਇਕ ਨੇ, ਪਰ ਇਹਨਾਂ ਦਾ ਹਲਕਾ ਹੁਣ 2022 ਦੇ ਵਿਧਾਨ ਸਭਾ ਦੇ ਲਈ ਚੇਂਜ ਹੋ ਚੁੱਕਿਆ, ਫਤਿਹਗੜ੍ਹ ਚੂੜੀਆਂ ਤੋਂ ਚੋਣ ਲੜ ਰਹੇ ਹੁਣ, ਜਿਵੇਂ ਦਾਅਵਾ ਕਰ ਰਹੇ ਨੇ ਕਿ ਲੋਧੀ ਨੰਗਲ ਹੁਣਾਂ ਨਾਲ ਜਨਤਾ ਫਤਿਹਗੜ੍ਹ ਚੂੜੀਆਂ ਦੀ ਜੁੜੀ ਹੋਈ ਹੈ, ਬਚਪਨ ਵੀ ਇਹਨਾਂ ਦਾ ਇੱਥੇ ਬੀਤਿਆ, ਔਰ ਇੱਕ ਵਾਰ ਫਿਰ ਵਿਧਾਨ ਸਭਾ ਜਾਣਗੇ ਔਰ ਫਤਿਹਗੜ੍ਹ ਚੂੜੀਆਂ ਹਲਕੇ ਤੋਂ ਹੀ ਵਿਧਾਨ ਸਭਾ ਪਹੁੰਚਣਗੇ। ਕੈਮਰਾਮੈਨ ਪ੍ਰਭਜੋਤ ਦੇ ਨਾਲ ਰਮਾਂਸ਼ੂ ਗਾਬਾ, ਦੈਨਿਕ ਸਵੇਰਾ ਟੀਵੀ, ਫਤਿਹਗੜ੍ਹ ਚੂੜੀਆਂ।